ਸਾਤਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਕਲਾਸ ਵਿੱਚ ਕਾਨੂੰਨ ਅਤੇ ਸਮਾਜਿਕ ਨਿਆਂ ਨਾਮ ਦੇ ਚੈਪਟਰ ਨੂੰ ਡਿਸਕਸ ਕਰਨ ਜਾ ਰਹੀਆਂ ਇਹ ਕਲਾਸ ਤੁਹਾਡੇ ਪੀਐਸਟੈਟ ਐਂਡ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਐਨਸੀਈਆਰਟੀ ਨੂੰ ਆਪਾਂ ਪੰਜਾਬੀ ਵਿੱਚ ਡਿਸਕਸ ਕਰ ਰਹੇ ਹਾਂ ਐਨਸੀਈਆਰਟੀ ਦੀ ਜਿਹੜੀ ਪੋਲਿਟੀਕਲ ਸਾਇੰਸ ਕਿਤਾਬ ਹੈਗੀ ਆ ਉਹਦਾ ਲਾਸਟ ਲੈਸਨ ਹੈਗਾ ਆ ਇਸ ਤੋਂ ਪਹਿਲਾਂ ਆਪਾਂ 9 ਲੈਸਨ ਆਲਰੇਡੀ ਡਿਸਕਸ ਕਰ ਚੁੱਕੇ ਆ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਬੜੇ ਹੀ ਧਿਆਨ ਨਾਲ ਵੇਖਦੇ ਹੋ ਤੇ ਤੁਹਾਡਾ ਜਿਹੜਾ ਪੀਐਸਟੈਟ ਦਾ ਐਗਜ਼ਾਮ ਹੋਵੇ ਭਾਵੇਂ ਆਉਣ ਵਾਲਾ ਜਨਵਰੀ ਦੇ ਵਿੱਚ ਜਿਹੜਾ ਤੁਹਾਡਾ ਸੀਟੈਟ ਦਾ ਐਗਜ਼ਾਮ ਕੰਡਕਟ ਕਰਵਾਇਆ ਜਾਣਾ ਸੀਟਾਡ ਦਾ ਐਗਜ਼ਾਮ ਵੀ ਹੋਵੇ ਤੁਹਾਡੇ ਐਸਐਸਟੀ ਦੇ ਵਿਸ਼ੇ ਤਾਂ ਚੰਗੇ ਨੰਬਰ ਆਉਣਗੇ ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਧਿਆਨ ਨਾਲ ਸੁਣਦੇ ਐਂਡ ਸਮਝਦੇ ਹੋ ਗੱਲ ਕਰ ਰਹੇ ਆਪਾਂ ਕਾਨੂੰਨ ਅਤੇ ਸਮਾਜਿਕ ਨਿਆਂ ਦੀ ਪ੍ਰੀਵਿਅਸ ਚੈਪਟਰ ਦੇ ਵਿੱਚ ਆਪਾਂ ਕਾਨੂੰਨ ਦੀ ਗੱਲ ਸਮਝੀ ਸੀ ਕਿ ਕਾਨੂੰਨ ਕਿਵੇਂ ਬਣਾਏ ਜਾਂਦੇ ਆ ਸੰਸਦ ਦੇ ਵਿੱਚ ਕਿਵੇਂ ਕਾਨੂੰਨ ਪਾਸ ਕੀਤੇ ਜਾਂਦੇ ਆ ਐਂਡ ਜਿਹੜੀਆਂ ਮਾਈਨੋਰਟੀਜ਼ ਵਿਖਣ ਨੂੰ ਮਿਲਦੀਆਂ ਨੇ ਇਹਨਾਂ ਨੂੰ ਵੀ ਕਿਸ ਤਰ੍ਹਾਂ ਰਾਈਟਸ ਦਿੱਤੇ ਗਏ ਆ ਸਾਰੇ ਹੀ ਜਿਹੜੇ ਸਿਟੀਜ਼ਨ ਹੈਗੇ ਆ ਭਾਰਤ ਦੇ ਉਹਨਾਂ ਸਾਰਿਆਂ ਨੂੰ ਮੌਲਿਕ ਅਧਿਕਾਰ ਵੀ ਦਿੱਤੇ ਗਏ ਆ ਐਂਡ ਮਾਲੇਕਾ ਦੇ ਘਾਤਾ ਦੇ ਦਿੱਤੇ ਗਏ ਆ ਬਟ ਫਿਰ ਵੀ ਆਪਾਂ ਪ੍ਰੀਵਿਅਸ ਚੈਪਟਰ ਦੇ ਵਿੱਚ ਸਮਝਿਆ ਸੀਗਾ ਕਿਵੇਂ ਕੁਝ ਆਦੀਵਾਸੀ ਜਿਹੜੇ ਲੋਕ ਹੈਗੇ ਆ ਕਬਾਇਲੀ ਸਮਾਜ ਨਾਲ ਸੰਬੰਧ ਰੱਖਦੇ ਲੋਕ ਹੈ ਗਿਆ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੀਆਂ ਮਾਈਨੋਰਟੀਜ਼ ਕਮਿਊਨਿਟੀਜ਼ ਹੈਗੀਆਂ ਆ ਉਹਨਾਂ ਨਾਲ ਫਿਰ ਵੀ ਕਿਤੇ ਨਾ ਕਿਤੇ ਐਟ੍ਰੋਸਿਟੀਆਂ ਵੇਖਣ ਨੂੰ ਮਿਲਦੀਆਂ ਸੀ ਵੇਖਿਆ ਆਪਾਂ ਕਿ ਪਾਣੀ ਦੀਆਂ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਸੀ ਆਪਣੇ ਸੰਵਿਧਾਨ ਦੇ ਵਿੱਚ ਸਾਨੂੰ ਮੌਲਿਕ ਅਧਿਕਾਰ ਦਿੱਤਾ ਹੋਇਆ ਜਿਹਦੇ ਵਿੱਚ ਆਪਾਂ ਆਰਟੀਕਲ 21 ਦੀ ਗੱਲ ਕਰਦੇ ਆ ਆਰਟੀਕਲ 21 A ਦੇ ਅਕੋਰਡਿੰਗ 21 ਦੇ ਅਕੋਰਡਿੰਗ ਤਾਂ ਇਹ ਗੱਲ ਹੈਗੀ ਆ ਕਿ ਸਾਰਿਆਂ ਨੂੰ ਜੀਣ ਦਾ ਅਧਿਕਾਰ ਹੈਗਾ ਆ ਜੀਣ ਦੇ ਅਧਿਕਾਰ ਦੇ ਵਿੱਚ ਪਾਣੀ ਦੀ ਗੱਲ ਆਪਾਂ ਕਰਦੇ ਆ ਕਿ ਪਾਣੀ ਪੀਣ ਦਾ ਵੀ ਫਿਰ ਅਧਿਕਾਰ ਹੈਗਾ ਆ ਸਾਫ ਪਾਣੀ ਦੀ ਮੈਂ ਗੱਲ ਕਰ ਰਿਹਾ ਬਟ ਆਰਟੀਕਲ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਜਿਹੜੇ ਕਹਿ ਸਕਦੇ ਆ ਕਿ ਪ੍ਰੋਪਰ ਹੱਕ ਹੈਗੇ ਆ ਉਹ ਨਹੀਂ ਮਿਲੇ ਹੋਏ ਸੋ ਕਾਨੂੰਨ ਅਤੇ ਸਮਾਜਿਕ ਨਿਆਂ ਦੀ ਆਪਾਂ ਇਹੀ ਗੱਲ ਡਿਸਕਸ ਕਰਾਂਗੇ ਕਿ ਕਿਤਾਬਾਂ ਵਿੱਚ ਜਾਂ ਫਿਰ ਕਨਸਟੀਟਿਊਸ਼ਨ ਦੇ ਵਿੱਚ ਲਿਖਣ ਨਾਲ ਕੀ ਹੋ ਜਾਊਗਾ ਜਦੋਂ ਤੱਕ ਆਪਾਂ ਨੂੰ ਗਾਰੰਟੀ ਦੇ ਵਿੱਚ ਸਾਰੀਆਂ ਚੀਜ਼ਾਂ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਨਾ ਹੋਣ ਸੋ ਇੱਥੇ ਗੱਲ ਦੱਸੀ ਜਾ ਰਹੀ ਹੈ ਕਿ ਕਿਤਾਬਾਂ ਵਿੱਚ ਜਾਂ ਫਿਰ ਕਹਿ ਸਕਦੇ ਆ ਆਪਣੇ ਰੂਲ ਬੁੱਕ ਦੇ ਵਿੱਚ ਤਾਂ ਕਾਫੀ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਤੁਹਾਨੂੰ ਯਾਦ ਹੋਣਾ ਬਾਜ਼ਾਰ ਵਿੱਚ ਇੱਕ ਕਮੀਜ਼ ਨਾਮ ਦਾ ਵੀ ਆਪਾਂ ਚੈਪਟਰ ਪੜ੍ਹਿਆ ਸੀਗਾ ਜੇਕਰ ਆਪਾਂ ਪ੍ਰੀਵੀਅਸ ਕਲਾਸਿਸ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਪੋਲਿਟিক্যাল ਸਾਇੰਸ ਦੀ ਇਹ ਹੋਰ ਲੈਸਨ ਡਿਸਕਸ ਕੀਤੇ ਸੀਗੇ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਇੱਕ ਜੇ ਕਮੀਜ਼ ਬਣਾਉਣੀ ਹੈ ਕਿਸੇ ਪਰਸਨ ਨੇ ਇੱਕ ਕਮੀਜ਼ ਬਣਾਉਣ ਦੇ ਉੱਤੇ ਮੰਨ ਲਓ 400 ਰੁਪਏ ਖਰਚੇ ਆਉਂਦੀ ਹੈ ਬਟ ਜਿਹੜਾ ਪਰਸਨ ਉਹਨੂੰ ਬਣਾ ਰਿਹਾ ਉਹਨੂੰ ਪਰ ਕਮੀਜ਼ ਦੇ ਕੋਸਟ ਅਕੋਰਡਿੰਗ ਤਾਂ ਉਹਨੂੰ ਬਹੁਤ ਜ਼ਿਆਦਾ ਘੱਟ ਪੈਸੇ ਮਿਲਦੇ ਆ ਬਟ ਜਿਹੜਾ ਬੰਦਾ ਇਸ ਨੂੰ ਵੇਚ ਰਿਹਾ ਵਿਛਣ ਦਾ ਭਾਵ ਇਹ ਹੈ ਕਿ ਜਿਹੜਾ ਬੰਦਾ ਸਾਰਾ ਕੁਝ ਮੈਨੂਫੈਕਚਰ ਕਰਵਾ ਰਿਹਾ ਜਾਂ ਫਿਰ ਜਿਹੜਾ ਸਾਰਾ ਬੰਦਾ ਸਿਸਟਮ ਵੇਖ ਰਿਹਾ ਉਹ ਤਾਂ ਜ਼ਿਆਦਾ ਮੁਨਾਫਾ ਕਮਾ ਜਾਂਦਾ ਆ ਇਸੇ ਤਰ੍ਹਾਂ ਹੀ ਆਪਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਜੇਕਰ ਕਿਸੇ ਪਰਸਨ ਨੂੰ ਘੱਟ ਪੈਸੇ ਮਿਲ ਰਿਹਾ ਕਿਸੇ ਪਰਸਨ ਨੂੰ ਜ਼ਿਆਦਾ ਮਿਲ ਰਿਹਾ ਤਾਂ ਕਿਸੇ ਨਾ ਕਿਸੇ ਨਾਲ ਤਾਂ ਕਹਿ ਸਕਦੇ ਆ ਕਿ ਸ਼ੋਸ਼ਣ ਕਿਸੇ ਨਾ ਕਿਸੇ ਦਾ ਤਾਂ ਹੋ ਹੀ ਰਿਹਾ ਕੁਝ ਲੋਕ ਜ਼ਿਆਦਾ ਮਿਹਨਤ ਕਰਨ ਦੇ ਬਾਅਦ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਜ਼ਿਆਦਾ ਪੈਸੇ ਨਹੀਂ ਮਿਲਦੇ ਕਪਾਹ ਪੈਦਾ ਕਰਨ ਵਾਲੇ ਜਿਹੜੇ ਲੋਕ ਨੇ ਜੀ ਉਹਨਾਂ ਨੂੰ ਇੰਨੇ ਜ਼ਿਆਦਾ ਪੈਸੇ ਨਹੀਂ ਮਿਲਦੇ ਬਟ ਜਦੋਂ ਕੱਪੜੇ ਵਗੈਰਾ ਬਣ ਜਾਂਦੇ ਆ ਤੇ ਜਿਹੜਾ ਬੰਦਾ ਲਾਸਟ ਤੇ ਇਹਨਾਂ ਚੀਜ਼ਾਂ ਨੂੰ ਐਕਸਪੋਰਟ ਕਰਦਾ ਆ ਉਹ ਜ਼ਿਆਦਾ ਮੁਨਾਫਾ ਕਮਾ ਜਾਂਦਾ ਬਾਹਰ ਲੀਆਂ ਕੰਟਰੀਆਂ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੱਪੜੇ ਹੁੰਦੇ ਨੇ ਉਹ ਕੀ ਕਰ ਦਿੰਦਾ ਆ ਐਕਸਪੋਰਟ ਕਰ ਦਿੰਦਾ ਆ ਤੇ ਬਹੁਤ ਸਾਰੇ ਪੈਸੇ ਉਹਨੂੰ ਮਿਲ ਜਾਂਦੇ ਆ ਸੋ ਆਮ ਤੇ ਗਰੀਬ ਲੋਕਾਂ ਦਾ ਸ਼ੋਸ਼ਣ ਨਾ ਹੋਵੇ ਐਕਸਪਲੋਇਟੇਸ਼ਨ ਨਾ ਹੋਵੇ ਜਿਹਦੇ ਕਰਕੇ ਹੀ ਸਰਕਾਰ ਦੁਆਰਾ ਕੀ ਬਣਾਏ ਜਾਂਦੇ ਆ ਕਾਨੂੰਨ ਬਣਾਏ ਜਾਂਦੇ ਆ ਐਂਡ ਕਾਨੂੰਨ ਕਿਸੇ ਵੀ ਰੂਪ ਵਿੱਚ ਹੋ ਸਕਦੇ ਆ ਇਹਨਾ ਕਾਨੂੰਨਾ ਨੇ ਇਨਸ਼ੋਰ ਕਰਨਾ ਹੁੰਦਾ ਕਿ ਬਾਜ਼ਾਰ ਵਿੱਚ ਅਣਉਚਿਤ ਅਮਲਾਂ ਨੂੰ ਘੱਟ ਤੋਂ ਘੱਟ ਰੱਖਿਆ ਜਾਵੇ ਕਿ ਜਿਹੜੀਆਂ ਪ੍ਰੈਕਟਿਸਿਜ਼ ਕੀਤੀਆਂ ਜਾਂਦੀਆਂ ਨੇ ਬਾਜ਼ਾਰ ਦੇ ਵਿੱਚ ਮੰਨ ਲਓ ਆਪਾਂ ਕਰ ਰਹੇ ਹਾਂ ਵੀ ਕਿਸੇ ਨੂੰ ਦਿਹਾੜੀ ਤੇ ਲਗਾਤਾ ਦਿਹਾੜੀ ਵਾਲੇ ਬੰਦੇ ਨੂੰ ਆਪਾਂ ਜਿਹੜਾ ਕਹਿ ਸਕਦੇ ਹਾਂ ਪੈਸੇ ਦੇ ਰਹੇ ਹਾਂ ਉਹ ਬਹੁਤ ਜ਼ਿਆਦਾ ਘੱਟ ਦੇ ਰਹੇ ਹਾਂ ਸੋ ਉਸੇ ਗਰੀਬ ਬੰਦੇ ਨਾਲ ਗਰੀਬ ਬੰਦੇ ਦਾ ਤਾਂ ਸ਼ੋਸ਼ਣ ਹੀ ਹੋ ਰਿਹਾ ਨਾ ਸੋ ਇਹਦੀ ਵੀ ਆਪਾਂ ਗੱਲ ਕਰਾਂਗੇ ਜਿਵੇਂ ਫਸਲਾਂ ਦੇ ਉੱਤੇ ਸਰਕਾਰ ਦੁਆਰਾ ਐਮਐਸਪੀ ਤੈਅ ਕਰ ਦਿੱਤਾ ਜਾਂਦਾ ਆ ਲੇਬਰ ਜੇ ਕਿਸੇ ਨੇ ਕਰਾਉਣੀ ਹੈ ਮੰਨ ਲਓ ਜਿਹੜਾ ਲੇਬਰ ਦਾ ਕੰਮ ਕਰਦੀ ਆ ਸਰਕਾਰ ਨੇ ਆਲਰੇਡੀ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਹੁੰਦਾ ਕਿ ਆਪਾਂ ਲੇਬਰ ਦੀ ਜਿਹੜੀ ਕੀਮਤ ਹੈਗੀ ਆ ਜਾਂ ਫਿਰ ਲੇਬਰ ਜਿਹੜੀ ਦਿਹਾੜੀ ਦਿੱਤੀ ਜਾਣੀ ਆ ਉਹ ਐਨੀ ਦਿੱਤੀ ਜਾਊਗੀ ਜੇ ਸਰਕਾਰ ਨੇ ਡਿਸਾਈਡ ਕਰਤਾ ਕਿ 400 ਲੇਬਰ ਦਿੱਤੀ ਜਾਊਗੀ ਤੇ ਕੋਈ ਵੀ ਪਰਸਨ 400 ਤੋਂ ਘੱਟ ਉਹਨੂੰ ਨਹੀਂ ਦੇਊਗਾ ਜੇਕਰ ਦੇਰਿਆ ਤੇ ਤੁਸੀਂ ਕਹਿ ਸਕਦੇ ਹੋ ਕਿ ਵੇਖੋ ਸਰਕਾਰ ਨੇ ਤਾਂ ਕਿਹਾ ਹੋਇਆ ਵੀ ਤੁਹਾਡੇ ਖਿਲਾਫ ਕੀ ਹੋ ਸਕਦਾ ਆ ਤੁਹਾਡੇ ਖਿਲਾਫ ਮੁਕਦਮਾ ਹੋ ਸਕਦਾ ਆ ਜੇ ਤੁਸੀਂ ਇਹਨਾਂ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹੋ ਜਿਵੇਂ ਆਪਣੇ ਸੰਵਿਧਾਨ ਦੇ ਵਿੱਚ ਇਹ ਗੱਲ ਵੀ ਲਿਖੀ ਹੋਈ ਹੈ ਕਿ 14 ਸਾਲ ਤੋਂ ਘੱਟ ਦੀ ਉਮਰ ਦੇ ਜਿਹੜੇ ਬੱਚੇ ਹੈਗੇ ਆ ਕੀ ਲਿਖਿਆ ਹੋਇਆ 14 ਤੋਂ ਘੱਟ ਉਮਰ ਦੇ ਜਿਹੜੇ ਬੱਚੇ ਹੈਗੇ ਆ ਕਿਸੇ ਵੀ ਬੱਚੇ ਨੂੰ ਕਿਸੇ ਫੈਕਟਰੀ ਜਾਂ ਖਾਣਾ ਜਿਹੜੀਆਂ ਹੁੰਦੀਆਂ ਨੇ ਮਾਇਨਸ ਹੁੰਦੀਆਂ ਨੇ ਉਹਦੇ ਵਿੱਚ ਆਪਾਂ ਕੰਮ ਨਹੀਂ ਕਰਵਾ ਸਕਦੇ ਇਹ ਗੱਲ ਇੱਥੇ ਲਿਖੀ ਹੋਈ ਹੈ ਐਂਡ ਇਸ ਤੋਂ ਬਾਅਦ ਇਹਨਾਂ ਨੇ ਇੱਕ ਕਾਨੂੰਨ ਵੀ ਪਾਰਿਤ ਕੀਤਾ ਸੀਗਾ ਜਿਸ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 2011 ਦੀ ਜਨਗਣਨਾ ਦੇ ਅਕੋਰਡਿੰਗ ਭਾਰਤ ਵਿੱਚ 5 ਤੋਂ ਲੈ ਕੇ 14 ਸਾਲ ਤੱਕ ਦੇ ਉਮਰ ਦੇ ਜਿਹੜੇ ਬੱਚੇ ਹੈਗੇ ਆ ਲਗਭਗ 4 ਮਿਲੀਅਨ 4 ਮਿਲੀਅਨ ਕਿੰਨਾ ਹੁੰਦਾ ਜੀ 40 ਲੱਖ ਤੋਂ ਜਿਹੜੇ ਵੱਧ ਬੱਚੇ ਹੈਗੇ ਆ ਕੀ ਕਰਦੇ ਆ ਖਤਰਨਾਕ ਪੇਸ਼ਿਆਂ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੇ ਗੱਲ ਕੀਤੀ ਹੈ ਕਿ 2016 ਦੇ ਵਿੱਚ ਇਹਨਾਂ ਨੇ ਸੰਸਦ ਨੇ ਬਾਲ ਮਜ਼ਦੂਰੀ ਪ੍ਰਬੰਧਨ ਅਤੇ ਰੈਗੂਲੇਸ਼ਨ ਐਕਟ 1986 ਵਾਲਾ ਜਿਹੜਾ ਸੀਗਾ ਉਹਦੇ ਵਿੱਚ ਸ਼ੋਧ ਕੀਤੀ ਸੀਗੀ ਤੇ ਸ਼ੋਧ ਕਰਨ ਤੋਂ ਬਾਅਦ ਇਹਨਾਂ ਨੇ 14 ਸਾਲ ਤੋਂ ਘੱਟ ਉਮਰਾਂ ਦੇ ਜਿਹੜੇ ਬੱਚੇ ਹੋਣਗੇ ਐਂ ਜਿਹੜੇ ਅਡਲਟ ਹੈਗੇ ਆ ਜੀ 14 ਤੋਂ 18 ਸਾਲ ਦੇ ਬੱਚਾ ਦੀ ਵੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਨੂੰ ਖਤਰਨਾਕ ਜਿਹੜੇ ਪ੍ਰੋਫੈਸ਼ਨ ਹੁੰਦੇ ਆ ਉੱਥੇ ਨਹੀਂ ਲਗਾਇਆ ਜਾ ਸਕਦਾ ਜੇਕਰ ਕੋਈ ਪਰਸਨ ਕਹਿ ਸਕਦੇ ਆ ਕਿ 14 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਜਾਂ ਫਿਰ ਇਹਨਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੇਕਰ ਕੋਈ ਕੰਮ ਲਗਾ ਰਿਹਾ ਇਹਨਾਂ ਨੂੰ ਕੰਮ ਕਰਵਾ ਰਿਹਾ ਤਾਂ ਉਸ ਵਿਅਕਤੀ ਖਿਲਾਫ ਕੀ ਹੋ ਸਕਦਾ ਆ ਉਸ ਵਿਅਕਤੀ ਨੂੰ ਜੁਰਮਾਨਾ ਪੈ ਸਕਦਾ ਆ ਉਹਨੂੰ ਜੇਲ੍ਹ ਦੀ ਸਜ਼ਾ ਵੀ ਕੱਟਣੀ ਪੈ ਸਕਦੀ ਆ ਉਸ ਪਰਸਨ ਨੂੰ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ ਜੇਕਰ ਕੋਈ ਛੋਟੇ ਬੱਚਿਆਂ ਨੂੰ ਕੰਮ ਤੇ ਰੱਖਦਾ ਆ ਫਿਰ ਕੰਮ ਦਿੰਦਾ ਆ ਐਂਡ ਇਸ ਤੋਂ ਇਲਾਵਾ ਉਸ ਪਰਸਨ ਨੂੰ 20000 ਤੋਂ ਲੈ ਕੇ 50000 ਤੱਕ ਦਾ ਜਿਹੜਾ ਜੁਰਮਾਨਾ ਹੈਗਾ ਜੀ ਉਹ ਵੀ ਦੇਣਾ ਪੈਣਾ ਆ ਜੇਕਰ ਕੋਈ ਪਰਸਨ ਇਹ ਕ੍ਰਾਈਮ ਕਰਦਾ ਫੜਿਆ ਗਿਆ ਇਸ ਤੋਂ ਬਾਅਦ ਇਹਨਾਂ ਨੇ ਕੁਝ ਵੈਬਸਾਈਟ ਵੀ ਬਣਾਈਆਂ ਸੀਗੀਆਂ ਜਿੱਥੇ ਤੁਸੀਂ ਰਿਪੋਰਟਾਂ ਵਗੈਰਾ ਦਰਜ ਕਰਵਾ ਸਕਦੇ ਹੋ ਦੱਸ ਸਕਦੇ ਹੋ ਕਿ ਫਲਾਨੀ ਜਗ੍ਹਾ ਤੇ ਇਹ ਜਿਹੜਾ ਕੰਮ ਹੈਗਾ ਜੀ ਇਹ ਹੋ ਰਿਹਾ ਜਿਵੇਂ ਕਿ ਇੱਥੇ pencil.gov.in ਵਾਲੀ ਵੈਬਸਾਈਟ ਦੱਸੀ ਹੋਈ ਹੈ ਐਂਡ pencil ਦੇ ਨਾਲ ਨੇ ਵੈਲਫਰ ਫਾਰਮ ਦੱਸਿਆ ਫਿਰ ਇਸ ਤੋਂ ਬਾਅਦ ਇਹਨਾਂ ਨੇ NCLP ਬਾਰੇ ਦੱਸਿਆ ਹੋਇਆ ਚਾਈਲਡ ਟਰੈਕਿੰਗ ਲਾਗੂ ਕਰਨਾ ਤੇ ਰਾਸ਼ਟਰੀ ਬਾਲ ਮਜ਼ਦੂਰ ਪ੍ਰੋਜੈਕਟ ਦੀ ਨਿਗਰਾਨੀ ਲਈ ਇਹ ਕੁਝ ਵੈਬਸਾਈਟਾਂ ਨੇ ਜੀ ਜਿਹੜੀਆਂ ਕਿ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ ਇਸ ਤੋਂ ਬਾਅਦ ਇਹਨਾਂ ਨੇ ਪਪਾਲ ਗੈਸਟ ਰੈਜ਼ਿਡੈਂਸੀ ਦੀ ਗੱਲ ਕੀਤੀ ਹੈ ਇਹ ਚੈਪਟਰ ਆਪਾਂ ਜੀਓਗ੍ਰਾਫੀ ਦੀ ਕਿਤਾਬ ਵਿੱਚੋਂ ਵੀ ਪੜ੍ਹਿਆ ਸੀਗਾ ਐਂਡ ਪੋਪਾਲ ਗੈਸ ਟ੍ਰੈਜੇਡੀ ਦੇ ਵਿੱਚ ਹੋਇਆ ਕੀ ਸੀ ਐਂਡ ਜੇਕਰ ਇਹੋ ਜੀ ਘਟਨਾ ਭਾਰਤ ਵਿੱਚ ਹੋਈ ਸੀਗੀ ਤੇ ਉਹਨਾਂ ਨੇ ਐਵੇਂ ਜਾਣ ਦਿੱਤਾ ਸੀਗਾ ਬਟ ਇਹੋ ਜੀ ਘਟਨਾ ਜੇ ਅਮਰੀਕਾ ਵਰਗੀਆਂ ਕਹਿ ਸਕਦੇ ਹਾਂ ਵਿਕਸਿਤ ਦੇਸ਼ਾਂ ਵਿੱਚ ਹੋਈਆਂ ਹੁੰਦੀਆਂ ਤੇ ਕੀ ਹੋਇਆ ਹੁੰਦਾ ਹੁਣ ਨੂੰ ਪੋਪਾਲ ਗੈਸ ਟ੍ਰੈਜੇਡੀ ਦੇ ਅਕੋਰਡਿੰਗ 2 ਦਸੰਬਰ 1984 ਦੀ ਗੱਲ ਹੈਗੀ ਆ ਇੱਕ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀ ਕੰਪਨੀ ਸੀਗੀ ਉੱਥੇ ਜ਼ਹਿਰੀਲੀ ਗੈਸ ਸੀਗੀ ਜੀ ਉਹ ਕਹਿ ਸਕਦੇ ਆ ਕਿ ਰਿਲੀਜ਼ ਹੋ ਗਈ ਸੀ ਕਿ ਜਿਹਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਮਾਰੇ ਗਏ ਸੀ ਘਟਨਾ ਕੀ ਹੋਈ ਸੀ ਕਿ ਇਹਦੇ ਬਾਰੇ ਵੀ ਆਪਾਂ ਚੰਗੇ ਤਰੀਕੇ ਨਾਲ ਡਿਸਕਸ ਕਰ ਲੈਣੇ ਆ ਕਿ 24 ਸਾਲ ਪਹਿਲਾਂ ਵੈਸੇ 24 ਸਾਲ ਤਾਂ ਨਹੀਂ ਹੋਊਗਾ ਤੁਸੀਂ ਕੈਲਕੂਲੇਟ ਕਰ ਲਿਓ ਅੱਜ ਦੀ ਡੇਟ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ 2 ਦਸੰਬਰ 201984 ਦੀ ਕਿ ਸਭ ਤੋਂ ਭਿਆਨਕ ਉਦਯੋਗਿਕ ਤਰਾਸ ਦੀ ਵਾਪਰੀ ਸੀਗੀ ਯੂਨੀਅਨ ਕਾਰਬਾਇਡ ਕਹਿੰਦੇ ਵੀ ਅਮਰੀਕੀ ਕੰਪਨੀ ਦੀ ਸ਼ਹਿਰ ਵਿੱਚ ਇੱਕ ਫੈਕਟਰੀ ਸੀਗੀ ਕੰਮ ਕੀ ਕਰਦੇ ਸੀਗੇ ਪੈਸਟਿਸਾਈਡ ਬਣਾਉਂਦੇ ਸੀਗੇ ਪੈਸਟਿਸਾਈਡ ਆਪਾਂ ਕੀਟਨਾਸ਼ਕਾਂ ਦਵਾਈਆਂ ਨੂੰ ਕਹਿ ਦਿੰਦੇ ਆ ਕੀੜੇ ਮਾਰਨ ਵਾਲੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਫਸਲਾਂ ਦੇ ਵਿੱਚ ਆਪਾਂ ਇਹਨਾਂ ਦੀ ਵਰਤੋਂ ਕਰਦੇ ਆ ਸੋ ਇਹਨਾਂ ਦੀ ਇੱਕ ਤੋਂ ਬਾਅਦ ਕੀ ਹੋਇਆ 2 ਦਸੰਬਰ 1984 ਦੀ ਗੱਲ ਹੈ ਅੱਧੀ ਰਾਤ ਦਾ ਟਾਈਮ ਹੈ ਅੱਧੀ ਰਾਤ ਨੂੰ ਮਿਥਾਇਲ ਆਇਸੋਸਾਈਨਾਈਟ ਨਾਮ ਦੀ ਜਿਹੜੀ ਬਹੁਤ ਹੀ ਜ਼ਹਿਰੀਲੀ ਗੈਸ ਸੀਗੀ ਇੱਕ ਹੀ ਹੋਗੀ ਇਹਨਾਂ ਦੇ ਪਲਾਂਟ ਵਿੱਚੋਂ ਲੀਕ ਹੋਣ ਲੱਗੀ ਤੇ ਲੀਕ ਹੋਣ ਨਾਲ ਕੀ ਹੋਊਗਾ ਲੀਕ ਹੋਣ ਨਾਲ ਬਹੁਤ ਸਾਰੇ ਲੋਕ ਅੰਨੇ ਹੋ ਗਏ ਵਿਖਣਾ ਬੰਦ ਹੋ ਗਿਆ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਉਹਨਾਂ ਲੋਕਾਂ ਨੂੰ ਕਰਨਾ ਪਿਆ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਇੱਕ ਜਿਹੜੇ ਇੱਥੇ ਤੁਸੀਂ ਵੇਖ ਸਕਦੇ ਹੋ ਕਿਸੇ ਦੀ ਕਹਾਣੀ ਹੈਗੀ ਆ ਬਚੀ ਹੋਈ ਅਜੀਜ਼ਾ ਸੁਲਤਾਨ ਨਾਮ ਦੀ ਇੱਕ ਲੇਡੀ ਹੈਗੀ ਆ ਇਹ ਕਹਿ ਰਿਹਾ ਲਗਭਗ 12:30 ਵਜੇ ਮੈਂ ਆਪਣੇ ਬੱਚਿਆਂ ਦੇ ਬੁਰੀ ਤਰ੍ਹਾਂ ਖੰਗਣ ਦੀ ਆਵਾਜ਼ ਸੁਣ ਕੇ ਜਾਗੀ ਸੀਗੀ ਇਹ ਕੀ ਕਹਿ ਰਿਹਾ ਕਿ ਮੈਂ 12:30 ਵਜੇ ਦਾ ਟਾਈਮ ਸੀਗਾ ਤੇ ਮੈਂ ਆਪਦੇ ਬੱਚਿਆਂ ਦੀ ਨਾ ਖੰਗਣ ਦੀ ਆਵਾਜ਼ ਸੁਣੀ ਤੇ ਮੈਨੂੰ ਜਾਗਾਗੀ ਅੱਧੀ ਰਾਤ ਨੂੰ ਮੈਂ ਕੀ ਕੀਤਾ ਕਿਉਂਕਿ 12:30 ਵਜੇ ਤਾਂ ਮਿਡਨਾਈਟ ਹੁੰਦੀ ਆ ਉਸ ਟਾਈਮ ਦੇ ਵਿੱਚ ਮੈਂ ਵੇਖਿਆ ਕਿ ਕਮਰੇ ਦੇ ਵਿੱਚ ਚਿੱਟੇ ਰੰਗ ਦਾ ਧੂਮਾ ਜਿਹਾ ਸੀਗਾ ਚਿੱਟੇ ਰੰਗ ਦੇ ਬੱਦਲ ਜੇ ਬਣੇ ਸੀਗੇ ਤੇ ਲੋਕ ਬਾਹਰ ਰੌਲਾ ਪਾ ਰਹੇ ਸੀਗੇ ਭੱਜੋ ਭੱਜੋ ਵੀ ਬਾਹਰ ਨਿਕਲੋ ਇਸ ਤਰ੍ਹਾਂ ਮਤਲਬ ਕੁਝ ਕਹਿ ਰਹੇ ਸੀਗੇ ਤੇ ਮੈਨੂੰ ਵੀ ਖੰਗ ਲੱਗ ਗਈ ਮੈਂ ਵੀ ਖੰਗਣਾ ਸਟਾਰਟ ਕਰਤਾ ਤੇ ਜਿਵੇਂ ਜਿਵੇਂ ਮੈਂ ਖੰਗ ਰਹੀ ਸੀਗੀ ਜਿਵੇਂ ਜਿਵੇਂ ਮੈਂ ਸਾਹ ਲੈ ਰਹੀ ਸੀਗੀ ਓਵੇਂ ਓਵੇਂ ਮੈਨੂੰ ਲੱਗਦਾ ਸੀਗਾ ਕਿ ਮੈਂ ਅੱਗ ਲੈ ਰਹੀ ਆ ਆਪਦੇ ਅੰਦਰ ਤੇ ਮੇਰੀਆਂ ਜਿਹੜੀਆਂ ਅੱਖਾਂ ਸੀਗੀਆਂ ਉਹ ਵੀ ਬਹੁਤ ਜ਼ਿਆਦਾ ਕੀ ਹੋ ਰਹੀਆਂ ਸੀਗੀਆਂ ਬਰਨ ਹੋ ਰਹੀਆਂ ਸੀਗੀਆਂ ਅੱਖਾਂ ਵਿੱਚ ਇੰਜ ਲੱਗਦਾ ਸੀਗਾ ਵੀ ਮਾਚਰੀਆਂ ਅੱਗ ਲੱਗ ਰਹੀ ਹੈ ਅੱਖਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਵੇਖਣ ਨੂੰ ਮਿਲੀ ਸੀਗੀ ਇਮੇਜਿਨ ਕਰਕੇ ਵੇਖੋ ਜੇ ਆਪਾਂ ਉਸ ਟਾਈਮ ਉੱਥੇ ਹੁੰਦੇ ਤੇ ਆਪਾਂ ਕੀ ਫੀਲ ਕਰਨਾ ਸੀ ਇਸ ਗੈਸ ਦੀ ਚਪੇਟ ਵਿੱਚ ਔਨ ਕਰਕੇ 8000 ਤੋਂ ਲੋਕ ਕੀ ਹੋ ਗਏ ਸਕੇ ਮਰ ਗਏ ਸਕੇ 8000 ਤੋਂ ਵੱਧ ਲੋਕ ਮਰ ਗਏ ਕੁਝ ਅਪੰਗ ਹੋ ਗਏ ਹੁਣ ਜਿਨ੍ਹਾਂ ਕੋਲ ਅੱਖਾਂ ਨਹੀਂ ਰਹੀਆਂ ਜਾਂ ਫਿਰ ਕਹਿ ਸਕਦੇ ਆ ਕਿ ਕੋਈ ਹੋਰ ਪ੍ਰੋਬਲਮ ਹੋ ਗਈ ਉਹਨਾਂ ਦਾ ਕੀ ਹੋਇਆ ਉਹਨਾਂ ਦਾ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੈਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇੱਕ ਬੱਚਾ ਹੈਗਾ ਆ ਵੇਖੋ ਕੀ ਹਾਲਤ ਬਣੀ ਪਈ ਐ ਇਸ ਬੱਚੇ ਦੇ ਤੁਸੀਂ ਜ਼ੂਮ ਕਰਕੇ ਵੇਖ ਸਕਦੇ ਹੋ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਲੋਕ ਇਸ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਏ ਸਕੇ ਕੰਟੈਕਟ ਵਿੱਚ ਆਏ ਸਕੇ ਉਹ ਕੌਣ ਸੀਗੇ? ਜ਼ਿਆਦਾਤਰ ਗਰੀਬ ਲੋਕ ਸੀਗੇ, ਮਜ਼ਦੂਰ ਵਰਗ ਦੇ ਲੋਕ ਸੀਗੇ। ਅੱਜ ਦੀ ਡੇਟ ਵਿੱਚ ਵੀ 50000 ਤੋਂ ਵੱਧ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਕਿ ਮਾਰ ਰਹਿ ਗਿਆ, ਕੋਈ ਕੰਮ ਨਹੀਂ ਕਰ ਸਕਦੇ। ਜਿਹੜੇ ਲੋਕ ਬਾਕੀ ਬਚ ਗਏ ਸੀਗੇ ਕਹਿ ਸਕਦੇ ਆ ਕਿ ਉਹਨਾਂ ਨੂੰ ਸਾਧੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਵੇਖਣ ਨੂੰ ਮਿਲੀਆਂ। ਗੰਭੀਰ ਬਿਮਾਰੀਆਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੂੰ ਲੱਗੀਆਂ, ਅੱਖਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਬਿਮਾਰੀਆਂ ਸੀਗੀਆਂ ਇਹਨਾਂ ਲੋਕਾਂ ਵਿੱਚ ਵੇਖਣ ਨੂੰ ਮਿਲੀਆਂ। ਕੁਝ ਬੱਚਿਆਂ ਨੇ ਅਜੀਬ ਅਸਧਾਰਨਤਾਵਾਂ ਵਿਕਸਿਤ ਕੀਤੀਆਂ ਜਿਵੇਂ ਕਿ ਫੋਟੋ ਵਿੱਚ ਜਿਹੜੀ ਕੁੜੀ ਵਿਖਾਈ ਜਾ ਰਹੀ ਹੈ ਜਿਵੇਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੇ ਬੱਚੇ ਸੀਗੇ ਉਹ ਪੈਦਾ ਹੋਣੇ ਸਟਾਰਟ ਹੋ ਗਏ ਸੀਗੇ ਸੋ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਿਆ ਸੀ ਗੱਲ ਕੀਤੀ ਜਾਂਦੀ ਹੈ ਕਿ ਇਹ ਕੋਈ ਹਾਦਸਾ ਥੋੜਾ ਸੀ ਇਹ ਤਾਂ ਕਹਿ ਸਕਦੇ ਆ ਕਿ ਇਹਨਾਂ ਨੇ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਸਗਾ ਇਹ ਕੋਈ ਹਾਦਸਾ ਨਹੀਂ ਸੀ ਕੋਈ ਲਾਪਰਵਾਹੀ ਨਹੀਂ ਸੀਗੀ ਜਾਣ ਬੁੱਝ ਕੇ ਕੀਤੀ ਗਈ ਗਲਤੀ ਸੀਗੀ ਇਹਨਾਂ ਦੀ ਜਿਹੜੀ ਕੰਪਨੀ ਹੈਗੀ ਸੀ ਜਿਹਦੀ ਆਪਾਂ ਗੱਲ ਕਰ ਰਹੇ ਆ ਪੈਸਟੀਸਾਈਡ ਬਣਾਉਣ ਵਾਲੀ ਜਿਹੜੀ ਕੰਪਨੀ ਸੀਗੀ ਲਾਗਤਾਂ ਨੂੰ ਘਟਾਉਣ ਲਈ ਇਹਨਾਂ ਨੇ ਕੀ ਕੀਤਾ ਜਿਹੜੀਆਂ ਸਿਰਖਿਆਵਾਂ ਰੱਖੀਆਂ ਜਾਂਦੀਆਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਨਜ਼ਰ ਅੰਦਾਜ਼ ਕਿਵੇਂ ਕੀਤਾ ਇਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਵੇਖ ਲੈਣੇ ਆ ਯੂਸੀ ਨੂੰ ਤਬਾਹੀ ਲਈ ਜ਼ਿੰਮੇਵਾਰ ਮੰਨਣ ਵਾਲੇ ਭਾਰੀ ਸਬੂਤਾਂ ਦੇ ਬਾਵਜੂਦ ਵੀ ਇਹਨਾਂ ਦੀ ਜਿਹੜੀ ਕੰਪਨੀ ਸੀਗੀ ਆਪਦੀ ਗਲਤੀ ਮੰਨਣ ਤੋਂ ਮਨਾ ਕਰਤਾ ਵੀ ਸਾਡੇ ਤਾਂ ਕੋਈ ਗਲਤੀ ਹੈ ਨਹੀਂਗੀ ਵੇਖੋ ਇੱਕ ਵਾਰ ਗਲਤੀ ਕਰਨੀ ਉਹ ਤੋਂ ਮੰਨਣਾ ਵੀ ਨਹੀਂ ਕਿ ਸਾਡੇ ਤੋਂ ਗਲਤੀ ਹੋ ਗਈ ਆ ਅਗਲੀ ਜਿਹੜੀ ਕਾਰਵਾਈ ਹੋਈ ਉਹਦੇ ਵਿੱਚ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਕੀ ਕੀਤਾ ਰਿਪਰੈਜ਼ੈਂਟ ਕੀਤਾ ਇਹਨਾਂ ਦੇ ਕੇਸ ਨੂੰ ਤੇ 1985 ਦੇ ਵਿੱਚ 3 ਬਿਲੀਅਨ ਮੁਆਵਜ਼ੇ ਦੀ ਮੰਗ ਕੀਤੀ ਗਈ ਇਹਨਾਂ ਲੋਕਾਂ ਲਈ ਜਿਹੜੇ ਵਿਕਟਿਮ ਸਿਗੇ ਜਿਹੜੇ ਕਿ ਪੀੜਤ ਸਿਗੇ ਪਰ 1989 ਦੇ ਵਿੱਚ ਕੀ ਹੋਇਆ ਕਿ ਇਹਨਾਂ ਨੂੰ ਸਿਰਫ 470 ਮਿਲੀਅਨ ਹੀ ਪੈਸੇ ਮਿਲੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਵੀ ਗੱਲ ਗਈ ਬਟ ਉੱਥੇ ਵੀ ਕਹਿੰਦੇ ਵੇ ਇਹਨਾਂ ਨੇ ਐਵੇਂ ਫਿਰ ਫੈਸਲਾ ਵਗੈਰਾ ਕਰਾਤਾ ਜਿਹੜਾ ਵੀ ਸਮਝਾਉਂਦਾ ਸੀਗਾ ਇਸ ਤਰ੍ਹਾਂ ਮਤਲਬ ਕਰਵਾ ਕੇ ਗੱਲ ਖਤਮ ਜੀ ਹੋ ਗਈ ਇੱਥੇ ਕਿ ਤੁਸੀਂ ਐਨ ਐਨ ਨਾਲ ਹੀ ਮਤਲਬ ਸਾਰ ਲਓ ਕੁਝ ਇਸ ਤਰ੍ਹਾਂ ਸਮਝ ਸਕਦੇ ਹੋ ਕਿ 470 ਮਿਲੀਅਨ ਦੇ ਵਿੱਚ ਹੀ ਇਹਨਾਂ ਨੂੰ ਕਿਹਾ ਕਹਿਤਾ ਗਿਆ ਕਿ ਸੈਟੀਸਫਾਈ ਤੁਸੀਂ ਹੋ ਜੋ 3 ਬਿਲੀਅਨ ਦੀ ਗੱਲ ਹੋਈ ਸੀਗੀ ਬਟ 470 ਮਿਲੀਅਨ ਦੇ ਵਿੱਚ ਹੀ ਇਹਨਾਂ ਨੂੰ ਗੱਲ ਠੰਡੀ ਕਰਨੀ ਪਈ ਇਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਯੂਸੀ ਕੰਪਨੀ ਸੀਗੀ ਪੈਸਟੀਸਾਈਡ ਬਣਾਉਣ ਵਾਲੀ ਕੰ ਨੇ ਵੀ ਆਪਰੇਸ਼ਨ ਚੱਲ ਦੇ ਸਕੇ ਸਾਰੇ ਬੰਦ ਕਰ ਦਿੱਤੇ ਬੜ ਬਹੁਤ ਸਾਰੇ ਜਿਹੜੇ ਜ਼ਹਿਰੀਲੇ ਕੈਮੀਕਲ ਸਕੇ ਉਹ ਪਿੱਛੇ ਹੀ ਛੱਡ ਛੱਡ ਆਏ ਭਾਵ ਇਹ ਕਿ ਇਹਨਾਂ ਨੇ ਉੱਥੇ ਦੇ এনवायरमेंट ਨੂੰ ਤਾਂ ਗੰਦਾ ਕਰਤਾ ਉੱਥੇ ਕੋਈ ਸਫਾਈ ਨਹੀਂ ਕਰੀ ਇਹਨਾਂ ਨੇ ਐਂਡ ਮੁਕਰ ਵੀ ਗਏ ਬਾਅਦ ਵਿੱਚ ਕਿ ਅਸੀਂ ਨਹੀਂ ਕਰਾਉਂਦੇ ਇਹ ਜਿਹੜੀ ਸਫਾਈ ਅਸੀਂ ਕਰਾਉਣੀ ਆ ਅਸੀਂ ਨਹੀਂ ਇਹ ਸਫਾਈ ਵਗੈਰਾ ਕਰਾਉਣੀ ਤੇ ਇਸ ਤੋਂ ਬਾਅਦ ਕਹਿੰਦੇ ਵੀ 24 ਸਾਲ ਬਾਅਦ ਵੀ ਇੱਥੇ ਦੇ ਜਿਹੜੇ ਲੋਕ ਹੈਗੇ ਅੱਜ ਦੇ ਟਾਈਮ ਦੀ ਮੈਂ ਗੱਲ ਕਰ ਰਿਹਾ ਕਿ ਪੀਣ ਵਾਲੇ ਸਾਫ ਪਾਣੀ ਲਈ ਇਹਨਾਂ ਨੂੰ ਅਜੇ ਵੀ ਲੜਨਾ ਪੈ ਰਿਹਾ ਜ਼ੇਤ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਨਹੀਂ ਹੈਗੀਆਂ ਜੀ ਪ੍ਰੋਪਰ ਐਂਡ ਇਹਤੇ ਲੋਕ ਅਜੇ ਵੀ ਮੰਗ ਮੰਗ ਕਰਦੇ ਆ ਕਿ ਜਿਹੜਾ ਯੂਸੀ ਦਾ ਚੇਅਰਮੈਨ ਸਗਾ ਐਡਰਸਨ ਉਹਦੇ ਤੇ ਮੁਕਦਮਾ ਚਲਾਇਆ ਜਾਵੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਅੱਜ ਦੇ ਟਾਈਮ ਵਿੱਚ ਵੀ ਹੈਗੀਆਂ ਨੇ ਕਿ ਜਿਹੜਾ ਜਿਹੜੀ ਇਹਨਾਂ ਨੇ ਇੰਨੀ ਵੱਡੀ ਗਲਤੀ ਕੀਤੀ ਸੀਗੀ ਇਹਨਾਂ ਦੀ ਸਜ਼ਾ ਇਹਨਾਂ ਨੂੰ ਪ੍ਰੋਪਰ ਨਹੀਂ ਮਿਲੀ ਇਹ ਤਾਂ ਗੱਲ ਸੀ ਕਿ ਭਾਰਤ ਦੀ ਕਿੰਨੀਆਂ ਗਲਤੀਆਂ ਕੀਤੀਆਂ ਗਈਆਂ ਇਹਦੇ ਵਿੱਚ ਸਰਕਾਰਾਂ ਦੀ ਵੀ ਕਾਫੀ ਜ਼ਿਆਦਾ ਗਲਤੀ ਹੁੰਦੀ ਹੈ ਐਂਡ ਜਿਹੜੇ ਇਹ ਫੈਕਟਰੀ ਚਲਾ ਰਹੇ ਹੁੰਦੇ ਆ ਉਹਨਾਂ ਦੇ ਲਈ ਤਾਂ ਭਾਰਤੀ ਲੋਕਾਂ ਦੀ ਜਿਹੜੀ ਕੀਮਤ ਹੈਗੀ ਉਹ ਬਿਲਕੁਲ ਵੀ ਨਹੀਂ ਹੈਗੀ ਅੱਜ ਕੱਲ ਆਪਾਂ ਸੜਕਾਂ ਤੇ ਦੇਖਦੇ ਆ ਲੋਕ ਪ੍ਰੋਟੈਸਟ ਕਰਦੇ ਰਹਿ ਜਾਂਦੇ ਆ ਲੋ ਆਮ ਲੋਕ ਮਰ ਮਰਦੇ ਮਰਨ ਇਹਨਾਂ ਨੂੰ ਕੋਈ ਫਰਕ ਪ੍ਰਵਾਹ ਨਹੀਂ ਕੋਈ ਫਰਕ ਨਹੀਂ ਪੈਂਦਾ ਗੱਲ ਕੀਤੀ ਜਾਂਦੀ ਹੈ ਇੱਕ ਵਰਕਰ ਦੀ ਕੀਮਤ ਦੀ ਕਿ ਇੱਕ ਵਰਕਰ ਦੀ ਕੀਮਤ ਹੈ ਕਿੰਨੀ ਪਹਿਲੀ ਗੱਲ ਤਾਂ ਇਹ ਹੈ ਕਿ ਯੂਨੀਅਨ ਕਾਰਬਾਇਡ ਜਿਹੜੀ ਕੰਪਨੀ ਸੀਗੀ ਇਹਨਾਂ ਨੇ ਸਿਰਫ ਭਾਰਤ ਦੇ ਵਿੱਚ ਹੀ ਆਪਣੀ ਜਿਹੜੀ ਕੰਪਨੀ ਸੀਗੀ ਪਲਾਨ ਸੀਗਾ ਕਿਉਂ ਸਥਾਪਿਤ ਕੀਤਾ ਕਿਉਂ ਕਿ ਕਿਉਂਕਿ ਇੱਥੇ ਜਿਹੜੀ ਮਜ਼ਦੂਰੀ ਮਿਲਣੀ ਆ ਉਹ ਘੱਟ ਦੇਣੀ ਪੈਣੀ ਆ ਅਮਰੀਕਾ ਵਰਗੀ ਕੰਟਰੀਆਂ ਵਿੱਚ ਜਾਣਗੇ ਤੇ ਉੱਥੇ ਇਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਣੇ ਆ ਉੱਥੇ ਦੇ ਮਜ਼ਦੂਰਾਂ ਨੂੰ ਪਰ ਭਾਰਤ ਦੇ ਵਿੱਚ ਭਾਰਤ ਵਿੱਚ ਇਹ ਕਹਿ ਲਓ ਕਿ ਥੋੜੇ ਜਿਹੇ ਪੈਸੇ ਦੇ ਕੇ ਇਹ ਇਹਨਾਂ ਨਾਲ ਕੰਮ ਲੈ ਲੈਣਗੇ ਥੋੜੀ ਜੀ ਤਨਖਾਹ ਦੇਣਗੇ ਐਨ ਲੰਬੇ ਲੰਬੇ ਸਮੇਂ ਤੱਕ ਇਹਨਾਂ ਤੋਂ ਕੰਮ ਲੈਣਗੇ ਫਿਰ ਪ੍ਰੋਡਕਟ ਵੇਚ ਕੇ ਜਿਆਦਾ ਮੁਨਾਫਾ ਕਮਾਉਣਗੇ ਸੋ ਇਸ ਤਰ੍ਹਾਂ ਕੀ ਕਰਦੇ ਆ ਜੀ ਇਹ ਇਹ ਜਿਆਦਾ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਭਾਰਤ ਵਿੱਚ ਆ ਜਾਂਦੇ ਆ ਤੇ ਇਹਨਾਂ ਦੀਆਂ ਕਹਿ ਲਓ ਕਿ ਜਿਹੜੀਆਂ ਸੁਰੱਖਿਆਵਾਂ ਹੁੰਦੀਆਂ ਨੇ ਉਹਦਾ ਧਿਆਨ ਨਹੀਂ ਰੱਖਦੇ ਕਹਿੰਦੇ ਵੀ ਜਦੋਂ ਵੀ ਕਿਸੇ ਪਰਸਨ ਨੇ ਇਸ ਫੈਕਟਰੀ ਵਿੱਚ ਕੰਮ ਕਰਨਾ ਹੁੰਦਾ ਸੀ ਤੇ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ ਤੇ ਟ੍ਰੇਨਿੰਗ ਪਹਿਲਾਂ ਕਿੰਨੀ ਹੁੰਦੀ ਸੀਗੀ ਪਹਿਲਾਂ ਹੁੰਦੀ ਸੀਗੀ 6 ਮਹੀਨਿਆਂ ਦੀ 6 ਮਹੀਨੇ ਦੀ ਟ੍ਰੇਨਿੰਗ ਕਹਿ ਲਓ ਤੁਸੀਂ ਹੁੰਦੀ ਸੀਗੀ ਤੇ 6 ਮਹੀਨੇ ਦੀ ਜਿਹੜੀ ਟ੍ਰੇਨਿੰਗ ਨੂੰ ਘਟਾ ਕੇ ਇਹਨਾਂ ਨੇ ਕਿੰਨਾ ਕਰਤਾ ਸੀਗਾ ਸਿਰਫ 15 ਦਿਨ ਦੀ ਜਿਹੜੀ ਟ੍ਰੇਨਿੰਗ ਸੀਗੀ ਉਹ ਕਰਤਾ ਸੀ ਸਿਰਫ 15 ਦਿਨ ਕਹਿੰਦੇ ਵੀ ਤੁਸੀਂ ਟ੍ਰੇਨਿੰਗ ਕਰਨੀ ਹੈ ਪਹਿਲਾਂ 6 ਮਹੀਨੇ ਦੀ ਟ੍ਰੇਨਿੰਗ ਹੋਇਆ ਕਰਦੀ ਸੀਗੀ ਪਲਾਂਟ ਵਿੱਚ ਕਹਿੰਦੇ ਪਹਿਲਾਂ 12 ਕਰਮਚਾਰੀ ਕੰਮ ਕਰਦੇ ਸੀਗੇ ਬਾਅਦ ਵਿੱਚ ਇਹਨਾਂ ਨੇ 6 ਕਰਮਚਾਰੀ ਕਰ ਦਿੱਤੇ ਸੀ ਸੋ 6 ਕਰਮਚਾਰੀ ਜੇਕਰ 12 ਕਰਮਚਾਰੀ ਜਿੰਨਾ ਕੰਮ ਕਰਨਗੇ ਸੋ ਤੁਹਾਨੂੰ ਕੀ ਲੱਗਦਾ ਕਿ ਇਹ ਆਪ ਦਾ ਕੰਮ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਆ ਬਿਲਕੁਲ ਵੀ ਨਹੀਂ ਕਰ ਸਕਦੇ ਸੋ ਪੈਸੇ ਘਟਾਉਣ ਦੇ ਚੱਕਰਾਂ ਦੇ ਵਿੱਚ ਇਸ ਕੰਪਨੀ ਨੇ ਵੇਖ ਲਓ ਕਿੰਨੀ ਵੱਡੀ ਅਣਗਹਿਲੀ ਕੀਤੀ ਜਿਹਦੇ ਨਾਲ ਹਜ਼ਾਰਾਂ ਲੋਕ ਮਾਰੇ ਗਏ ਹਜ਼ਾਰਾਂ ਲੋਕ ਅੱਜ ਵੀ ਪੀੜਤ ਹੈਗੇ ਆ ਇਹਨਾਂ ਦੀ ਉਸ ਗਲਤੀ ਕਰਕੇ ਸਿਰਫ ਪੈਸੇ ਬਚਾਉਣ ਦੀ ਗਲਤੀ ਕਰਕੇ ਐਂਡ ਇਹਨਾਂ ਦੀ ਜਿਹੜੀ ਕੰਪਨੀ ਸੀਗੀ ਰਾਤ ਵਿੱਚ ਕੰਮ ਕਰਨ ਵਾਲੇ ਜਿਹੜੇ ਵਰਕਰ ਹੁੰਦੇ ਹੈਗੇ ਆ ਉਹਨਾਂ ਦੀ ਪੋਸਟ ਵੀ ਖਤਮ ਕਰਤੀ ਸੀਗੀ ਐਂਡ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਇਹ ਜਿਹੜੀ ਘਟਨਾ ਹੋਈ ਸੀਗੀ ਹੋਈ ਕਦੋਂ ਸੀਗੀ ਰਾਤ ਨੂੰ ਹੀ ਹੋਈ ਸੀਗੀ ਐਂਡ ਰਾਤ ਵਾਲੇ ਜਿਹੜੇ ਵਰਕਰ ਹੁੰਦੇ ਆ ਇਹਨਾਂ ਦੀ ਪੋਸਟ ਵੀ ਕਹਿੰਨੇ ਖਤਮ ਕੀਤੀ ਇਸ ਕੰਪਨੀ ਦੇ ਲੋਕਾਂ ਨੇ ਕੀਤੀ ਹੁਣ ਤੁਸੀਂ ਸਿਚੁਏਸ਼ਨ ਸਮਝ ਲਈ ਕਿ ਭਾਰਤ ਵਿੱਚ ਕੀ ਹੋਇਆ ਸੀਗਾ ਕਿੰਨੇ ਲੋਕ ਮਾਰੇ ਗਏ ਕਿ ਇਹਨਾਂ ਦੀ ਗਲਤੀ ਸੀਗੀ ਸਾਫ਼-ਸਾਫ਼ ਵਿਖਰ ਵਿਖ ਰਿਹਾ ਕਿ ਸਾਰੀ ਗਲਤੀ ਕੰਪਨੀ ਦੀ ਸੀਗੀ ਹੁਣ ਇਹਨਾਂ ਨੇ ਇੱਕ ਹੋਰ ਐਗਜ਼ਾਮਪਲ ਦਿੱਤੀ ਆ ਵੈਸਟ ਵਰਜੀਨੀਆ ਦੀ ਗੱਲ ਕੀਤੀ ਆ ਯੂ ਐਸ ਏ ਦੀ ਗੱਲ ਕੀਤੀ ਆ ਇੱਥੇ ਨਾ ਕਹਿੰਦੇ ਕਿ ਜਦੋਂ ਕੋਈ ਐਹੋਜੀ ਫੈਕਟਰੀ ਵਗੈਰਾ ਚੱਲਦੀ ਹੁੰਦੀ ਹੈ ਤੇ ਉੱਥੇ ਕਿੰਨੀਆਂ ਜ਼ਿਆਦਾ ਸਹੂਲਤਾਂਵਾਂ ਦਿੱਤੀਆਂ ਜਾਂਦੀਆਂ ਨੇ ਕਹਿੰਦੇ ਇੱਥੇ ਜੇ ਕੋਈ ਐਹੋਜੀ ਫੈਕਟਰੀ ਲੱਗੇ ਤੇ ਕੰਪਿਊਟਰਾਈਜ਼ਡ ਸਾਰਾ ਕੁਝ ਹੁੰਦਾ ਆ ਜੇਕਰ ਕੋਈ ਗੈਸ ਲੀਕ ਹੋ ਰਹੀ ਆ ਤੇ ਕੰਪਿਊਟਰ ਆਪਣੇ ਆਪ ਹੀ ਦੱਸ ਦਿੰਦੇ ਆ ਕਿ ਇੱਥੇ ਗੜਬੜ ਹੈਗੀ ਆ ਤੇ ਸਹੀ ਕਰ ਲਿਆ ਜਾਵੇ ਐਂਡ ਇਸ ਤੋਂ ਇਲਾਵਾ ਇੱਥੇ ਗੱਲ ਕੀਤੀ ਜਾਂਦੀ ਹੈ ਕਿ ਉੱਥੇ ਨਾ ਆਪਾਂ ਨੂੰ ਕਾਫੀ ਸਾਰੇ ਇਕੁਪਮੈਂਟ ਸੇਫਟੀ ਇਕੁਪਮੈਂਟਸ ਦਿੱਤੇ ਜਾਂਦੇ ਆ ਬਟ ਭਾਰਤ ਦੇ ਵਿੱਚ ਉਹਨਾਂ ਨੇ ਕੋਈ ਮਾਸਕ ਵੀ ਨਹੀਂ ਦਿੱਤਾ ਸਗਾ ਸੁਰੱਖਿਆ ਮਾਪਦੰਡ ਵੇਖ ਲਓ ਕਿੰਨੇ ਜ਼ਿਆਦਾ ਮਾੜੇ ਸਗੇ ਭ ਮਰਨ ਤੋਂ ਬਾਅਦ ਵੀ ਵੇਖ ਲੋ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਜਿਹੜੇ ਕੀ ਪੀੜਤ ਹੈਗੇ ਸੀ ਉਹਨਾਂ ਨੂੰ ਮੁਆਵਜ਼ਾ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਦਿੱਤਾ ਗਿਆ ਕਿਉਂ ਕਿ ਭਾਰਤ ਵਿੱਚ ਬੇਰਜ਼ਗਾਰੀ ਦੀ ਸਮੱਸਿਆ ਜ਼ਿਆਦਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਭਾਰਤ ਵਿੱਚ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈ ਕਿ ਆ ਇਸ ਕਰਕੇ ਭਾਰਤ ਦੇ ਵਿੱਚ ਕ ਕਹਿ ਸਕਦੇ ਆ ਕਿ ਇੱਥੇ ਜਾਨ ਦੀ ਕੀਮਤ ਵੀ ਇਹ ਬਿਲਕੁਲ ਹੀ ਐਵੇਂ ਸਮਝਦੇ ਆ ਕਿ ਜਿਵੇਂ ਜਾਨਵਰ ਹੁੰਦੇ ਆ ਨਾ ਜਿਹੜੇ ਬਾਹਰ ਦੀ ਕੰਟਰੀ ਵਾਲੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਐ ਲੱਗਦਾ ਆ ਜਿਸ ਕਰਕੇ ਹੀ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫੈਕਟਰੀਜ਼ ਹੁੰਦੀਆਂ ਨੇ ਉੱਥੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੇਫਟੀ ਮੈਜਰਸ ਦਾ ਜੇਕਰ ਆਪਾਂ ਭਾਰਤੀਏ ਲੋਕਾਂ ਦੀ ਗੱਲ ਕਰਦੇ ਆ ਇਹਨਾਂ ਨੇ ਇੱਕ ਹੋਰ ਐਗਜ਼ਾਮਪਲ ਲਈ ਹੈ ਕਿ ਜਦੋਂ ਅ ਕਹਿ ਸਕਦੇ ਆ ਭਾਰਤ ਦੇ ਵਿੱਚ ਭਪਾਲ ਦੇ ਵਿੱਚ ਇਹ ਗੈਸ ਟ੍ਰੈਜੇਡੀ ਹੋ ਰਹੀ ਸੀ ਐਂਡ ਜਦੋਂ ਇਹ ਫੈਕਟਰੀ ਬਣਾਉਣ ਜਾ ਰਹੇ ਸੀਗੇ ਇਹ ਤੇ ਸਰਕਾਰ ਕੀ ਕਰ ਰਹੀ ਸੀ ਕਿ ਸਰਕਾਰ ਸੁਥੀ ਪਈ ਸੀ ਕਿ ਕਹਿੰਦੇ ਵੀ ਸੁਰੱਖਿਆ ਕਾਨੂੰਨਾਂ ਨੂੰ ਲਾਗੂ ਕਰਨਾ ਵੀ ਸੁਰੱਖਿਆ ਕਾਨੂੰਨ ਤਾਂ ਹਰ ਦੇਸ਼ ਵਿੱਚ ਹੁੰਦੇ ਆ ਐਂਡ ਸਰਕਾਰ ਦੀ ਇਹ ਡਿਊਟੀ ਹੈਗੀ ਆ ਸਰਕਾਰ ਦਾ ਫਰਜ਼ ਹੈ ਕਿ ਸੰਵਿਧਾਨ ਦੀ ਧਾਰਾ 21 ਦੇ ਤਹਿਤ ਦਿੱਤੇ ਗਏ ਜੀਵਨ ਦੇ ਅਧਿਕਾਰ ਦੀ ਉਲੰਘਣਾ ਨਾ ਹੋਵੇ ਕਹਿੰਦੇ ਜਦੋਂ ਯੂ ਸੀ ਪਲਾਂਟ ਵਿੱਚ ਸੁਰੱਖਿਆ ਮਾਪਦੰਡਾਂ ਦੀ ਅਜਿਹੀ ਸ਼ਰੈਆਂ ਉਲੰਘਣਾ ਹੋ ਰਹੀ ਸੀਗੀ ਤੇ ਸਰਕਾਰ ਕੀ ਕਰ ਰਹੀ ਸੀ ਸੌਰੀ ਸੀ ਕਿ ਕਹਿੰਦੇ ਵੀ ਪਹਿਲਾਂ ਭਾਰਤ ਵਿੱਚ ਸੁਰੱਖਿਆ ਕਾਨੂੰਨ ਢਿੱਲੇ ਸੀਗੇ ਦੂਜਾ ਇਹ ਕਮਜ਼ੋਰ ਸੁਰੱਖਿਆ ਕਾਨੂੰਨ ਵੀ ਲਾਗੂ ਨਹੀਂ ਕੀਤੇ ਗਏ ਸਨ ਭਾਵ ਇਹ ਕਿ ਸਰਕਾਰੀ ਅਧਿਕਾਰੀ ਸੀਗੇ ਉਹਨਾਂ ਨੇ ਵੀ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਸਰਕਾਰੀ ਅਧਿਕਾਰੀਆਂ ਨੇ ਵੀ ਪਲਾਂਟ ਨੂੰ ਕੀ ਖਤਰਨਾਕ ਮੰਨਣ ਤੋਂ ਇਨਕਾਰ ਕਰਤਾ ਕਹਿੰਦੇ ਵੀ ਠੀਕ ਹੈ ਜੀ ਓਕੇ ਆ ਸਾਰਾ ਕੰਮ ਇਸ ਤੋਂ ਬਾਅਦ ਕਹਿੰਦੇ ਜਿੱਥੇ ਜ਼ਿਆਦਾ ਆਬਾਦੀ ਸੀਗੀ ਉਸ ਇਲਾਕੇ ਵਿੱਚ ਇਸ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਪਰ ਜਦੋਂ ਕੁਝ ਅਧਿਕਾਰੀ ਸੀਗੇ ਮਿਊਨਿਸਪਲ ਅਧਿਕਾਰੀਆਂ ਨੇ ਇਤਰਾਜ਼ ਕੀਤਾ 1978 ਦੇ ਵਿੱਚ 1978 ਦੇ ਵਿੱਚ ਕਿ ਜਿਹੜੀ ਇਹ ਕੰਪਨੀ ਹੈਗੀ ਐ ਇਹ ਜਿਹੜਾ ਪਲਾਂਟ ਲੈ ਕੇ ਆ ਰਹੀ ਐ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਜੂਗਾ ਪਰ ਇੱਥੇ ਸਰਕਾਰ ਕੀ ਕਹਿੰਦੀ ਸਰਕਾਰ ਕਹਿੰਦੀ ਕਿ ਜੀ ਨਿਵੇਸ਼ ਹੁਣ ਮਸਾਂ ਦਾ ਕੰਪਨੀ ਆ ਰਹੀ ਐ ਤੁਸੀਂ ਆ ਲੈਣ ਦੋ ਭਾਵ ਇਹ ਕਿ ਸਰਕਾਰ ਨੇ ਵੀ ਕਿਤੇ ਨਾ ਕਿਤੇ ਅਣਗੈਲੀ ਵਿਖਾਈ ਆ ਫਿਰ ਵੀ ਇੰਨਾ ਜ਼ਿਆਦਾ ਨੁਕਸਾਨ ਹੋਇਆ ਸਰਕਾਰ ਕਹਿੰਦੀ ਆ ਲੈਣ ਦੋ ਦੇਸ਼ ਵਿੱਚ ਨਿਵੇਸ਼ ਦੀ ਲੋੜ ਹੈਗੀ ਐ ਓਵਰ ਆਲ ਸਾਨੂੰ ਇਹ ਸਮਝਣ ਦੀ ਲੋੜ ਹੈਗੀ ਐ ਕਿ ਸਰਕਾਰ ਉਹਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਆ ਆਪਾਂ ਸੋਵਰਨ ਕੰਟਰੀ ਹੈਗੇ ਆ ਕਿਸੇ ਵੀ ਕੰਪਨੀ ਨੂੰ ਆਪਾਂ ਕਹਿ ਸਕਦੇ ਆ ਕਿਉਂਕਿ ਜੇਕਰ ਉਹ ਫੈਕਟਰੀ ਇੱਥੇ ਖੋਲ ਰਹੀ ਐ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਬੈਨੀਫਿਟ ਤਾਂ ਵੈਸੇ ਵੀ ਹੋ ਹੀ ਰਿਆ ਨਾ ਇੱਥੇ ਆ ਕੇ ਉਹ ਆਪਦਾ ਪ੍ਰੋਡਕਟ ਬਣਾਉਣਗੇ ਚੀਪ ਲੇਬਰ ਤਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਮਿਲ ਰਹੀ ਸੀਗੀ ਸੋ ਉਹਨੂੰ ਕੁਝ ਵਧੀਆ ਤਰੀਕੇ ਨਾਲ ਓਪਨ ਕੀਤਾ ਜਾ ਸਕਦਾ ਸਗਾ ਐਂਡ ਹੋਰ ਵੀ ਜ਼ਿਆਦਾ ਸੇਫਟੀ ਜਿਹੜੇ ਮੀਜਰਸ ਹੁੰਦੇ ਨੇ ਜੀ ਉਹਨਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਸਗਾ ਇੱਕ ਇਨਾਨੇ ਉਦਾਹਰਣ ਲਈ ਐ ਐਗਜ਼ਾਮਪਲ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਕੀ ਹਾਲ ਹੀ ਦੇ ਵਿੱਚ ਕਹਿੰਦੇ ਕਿ ਇੱਕ ਵੱਡੀ ਟਰੈਵਲ ਏਜੰਸੀ ਹੈਗੀ ਆ ਜਿਹੜੀ ਕਿ ਟੂਰਿਸਟ ਨੂੰ ਲੈ ਕੇ ਜਾਂਦੀ ਆ ਟੂਰਿਸਟ ਨੂੰ ਜਦੋਂ ਲੈ ਕੇ ਗਏ ਤੇ ਇਹਨਾਂ ਦਾ ਜਿਹੜਾ ਇੰਤਜ਼ਾਮ ਸੀਗਾ ਬਹੁਤ ਹੀ ਜ਼ਿਆਦਾ ਮਾੜਾ ਹੋਣ ਕਰਕੇ ਉੱਥੇ ਦੀ ਜਿਹੜੀ ਕੋਟ ਹੈਗੀ ਸੀ ਕਹਿ ਸਕਦੇ ਆ ਕਿ ਉਹਨਾਂ ਨੇ 8 ਲੱਖ ਰੁਪਏ ਦੇਣ ਨੂੰ ਕਿਹਾ ਕਿਨਾਂ ਨੂੰ ਦੇਣ ਨੂੰ ਕਿਹਾ ਇਹਨਾਂ ਯਾਤਰੀਆਂ ਨੂੰ ਯਾਤਰੀਆਂ ਨੂੰ ਕਿਉਂ ਕਿਹਾ ਕਿਉਂਕਿ ਇਹ ਜਿਹੜੇ ਯਾਤਰੀ ਸੀਗੇ ਡਿਜ਼ਨੀ ਲੈਂਡ ਤੇ ਪੈਰਿਸ ਦੇ ਵਿੱਚ ਖਰੀਦਾਰੀ ਕਰਨ ਤੋਂ ਰਵਾਂਝੇ ਰਹਿ ਗਏ ਸੀਗੇ ਜਿਹਦੇ ਕਰਕੇ ਉਹਨਾਂ ਨੇ ਫੈਸਲਾ ਦਿੱਤਾ ਕਿ ਇਸ ਟਰੈਵਲ ਏਜੰਸੀ ਨੂੰ ਕੀ ਕੀਤਾ ਜਾਊਗਾ ਇਸ ਟਰੈਵਲ ਏਜੰਸੀ ਨੂੰ ਜੁਰਮਾਨਾ ਦੇਣਾ ਪੈਣਾ ਹੈ ਇਨ੍ਹਾਂ ਯਾਤਰੀਆਂ ਨੂੰ ਕਿਉਂਕਿ ਇਹ ਇਸ ਟਰੈਵਲ ਏਜੰਸੀ ਕਰਕੇ ਇਨ੍ਹਾਂ ਯਾਤਰੀਆਂ ਨੂੰ ਕਹਿ ਲੋ ਕਿ ਇਹ ਇੰਜੋਏ ਨਹੀਂ ਕਰ ਪਾਏ ਆਪਦੀ ਟ੍ਰਿਪ ਨੂੰ ਸੋ ਇਹ ਵੇਖੋ ਸਿਰਫ ਇੱਕ ਟ੍ਰਿਪ ਨੂੰ ਇੰਜੋਏ ਨਾ ਕਰਨ ਕਰਕੇ ਵੀ ਇਨ੍ਹਾਂ ਨੂੰ ਇੰਨਾ ਜ਼ਿਆਦਾ ਮੁਆਵਜ਼ਾ ਦੇਣਾ ਪਿਆ ਤੇ ਜਿਹੜੇ ਭੋਪਾਲ ਗੈਸ ਟ੍ਰੈਜੇਡੀ ਦੇ ਵਿੱਚ ਇੰਨੇ ਲੋਕਾਂ ਨੇ ਜਾਨ ਗਵਾਈ ਉਹਨਾਂ ਦੀ ਕੋਈ ਵੈਲਿਊ ਨਹੀਂ ਭੋਪਾਲ ਗੈਸ ਟ੍ਰੈਜੇਡੀ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਕੋਈ ਇਸ ਫੈਕਟਰੀ ਨਾਲ ਲੈਣਾ ਦੇਣਾ ਨਹੀਂ ਸਗਾ ਭਾਵੇਂ ਸਿਰਫ ਕਿ ਜਿਹੜੇ ਇਸ ਏਰੀਆ ਵਿੱਚ ਰਹਿੰਦੇ ਸੀਗੇ ਉਹਨਾਂ ਨੂੰ ਵੀ ਇੰਨੀਆਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਗੈਰਹੀਲੀ ਗੈਸ ਲੀਕ ਹੋਈ ਤੇ ਆਲੇ-ਦੁਆਲੇ ਦੇ ਜਿਹੜੇ ਲੋਕ ਸੀਗੇ ਪਿੰਡ ਸੀਗੇ ਸ਼ਹਿਰ ਸੀਗੇ ਉਹ ਸਾਰੇ ਹੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਵੇ ਹੋਏ ਆਰਟੀਕਲ 21 ਦੇ ਤਹਿਤ ਸਾਨੂੰ ਸਾਰਿਆਂ ਨੂੰ ਸਾਫ਼ ਹਵਾ ਕਹਿ ਸਕਦੇ ਆ ਇਨਹੇਲ ਕਰਨ ਦਾ ਅਧਿਕਾਰ ਹੈਗਾ ਆ ਐਂਡ ਇਸ ਦੇ ਰਿਗਾਰਡਿੰਗ ਇੱਕ ਜੱਜਮੈਂਟ ਵੀ ਹੈਗੀ ਹੈ ਕਿ ਕਹਿੰਦੇ ਕਿ ਕੋਰਟ ਨੇ ਨਾ ਬਹੁਤ ਸਾਰੀਆਂ ਜੱਜਮੈਂਟਸ ਦਿੱਤੀਆਂ ਹੋਈਆਂ ਨੇ ਇਸ ਰਿਗਾਰਡਿੰਗ ਗੱਲ ਤੁਸੀਂ ਧਿਆਨ ਨਾਲ ਸਮਝ ਲਿਓ ਇੱਕ ਇੰਪੋਰਟੈਂਟ ਕੇਸ ਹੈਗਾ ਸੁਭਾਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ 1991 ਦਾ ਕੇਸ ਆ ਹੈ ਸੁਭਾਸ਼ ਕੁਮਾਰ ਬਨਾਮ ਸਟੇਟ ਆਫ ਬਿਹਾਰ ਬਿਹਾਰ ਰਾਜ ਤੇ ਸੁਭਾਸ਼ ਕੁਮਾਰ ਦਾ ਇੱਕ ਕੇਸ ਹੈਗਾ ਜਿਹਦੇ ਵਿੱਚ ਕਹਿ ਸਕਦੇ ਆ ਕਿ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਸੀਗੀ ਕਿ ਰਾਈਟ ਟੂ ਲਾਈਫ ਜ਼ਿੰਦਗੀ ਜੀਣ ਦਾ ਜਿਹੜਾ ਅਧਿਕਾਰ ਹੈਗਾ ਆ ਇਹ ਮੌਲਿਕ ਅਧਿਕਾਰ ਹੈਗਾ ਆ ਆਰਟੀਕਲ 21 ਦੇ ਤਹਿਤ ਐਂਡ ਜ਼ਿੰਦਗੀ ਜੀਣ ਦੇ ਅਧਿਕਾਰ ਵਿੱਚ ਆਪਾਂ ਨੂੰ ਪੋਲੂਸ਼ਨ ਫ੍ਰੀ ਵਾਟਰ ਕੀ ਸਾਫ ਪਾਣੀ ਅਤੇ ਸਾਫ ਹਵਾ ਇੰਜੋਏ ਕਰਨ ਦਾ ਪੂਰਾ ਪੂਰਾ ਅਧਿਕਾਰ ਹੈਗਾ ਆ ਜੇਕਰ ਆਪਣੇ ਏਰੀਆ ਵਿੱਚ ਆਪਣੇ ਰਾਜ ਵਿੱਚ ਆਪਣੀ ਸਿਟੀ ਵਿੱਚ ਆਪਣੇ ਪਿੰਡ ਵਿੱਚ ਪ੍ਰਦੂਸ਼ਣ ਹੈਗਾ ਆ ਤੇ ਇਹ ਸਰਕਾਰ ਦੀ ਡਿਊਟੀ ਹੈ ਕਿ ਆਪਣੇ এনवायरमेंट ਨੂੰ ਪਾਣੀ ਨੂੰ ਸਾਫ ਸੁਥਰਾ ਰੱਖਿਆ ਜਾਵੇ ਐਂਡ ਇੱਕ ਫੋਟੋ ਵਿਖਰੀ ਹੋਣੀ ਆ ਤੁਹਾਨੂੰ ਇੱਥੇ ਵੇਖ ਰਹੇ ਹੋ ਤੁਸੀਂ ਇੱਕ ਹੈਂਡ ਪੰਪ ਹੈ ਨਲਕਾ ਲੱਗਿਆ ਹੋਇਆ ਲਾਲ ਜੇ ਰੰਗ ਦਾ ਆ ਐਂਡ ਬੱਚੇ ਵੇਖੋ ਇੱਥੇ ਪਾਣੀ ਪੀ ਰਹੇ ਆ ਲਾਲ ਰੰਗ ਨਾਲ ਕਿਉਂ ਕੀਤਾ ਹੋਇਆ ਐਂਡ ਕਿਥੇ ਹੈਗਾ ਜੀ ਇਹ ਹੈਂਡ ਪੰਪ ਇਹ ਹੈਗਾ ਜੀ ਉੱਥੇ ਭਪਾਲ ਦੀ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਗੈਸ ਟ੍ਰੈਜੇਡੀ ਹੋਈ ਸੀਗੀ ਇੱਥੇ ਦੇ ਜਿਹੜੇ ਲੋਕ ਨੇ ਇਹ ਲਾਲ ਰੰਗ ਵਾਲਾ ਜਿਹੜਾ ਨਲਕਾ ਹੈਗਾ ਆ ਇਹਦਾ ਮਤਲਬ ਇਹ ਹੈ ਕਿ ਇੱਥੋਂ ਜਿਹੜਾ ਪਾਣੀ ਨਿਕਲੇਗਾ ਉਹ ਕੀ ਹੈਗਾ ਜੀ ਕੰਟਾਮਿਨੇਟਿਡ ਵਾਟਰ ਹੈ ਕੈਮੀਕਲ ਵਾਲਾ ਪਾਣੀ ਹੈਗਾ ਆ ਜੇਕਰ ਤੁਸੀਂ ਇਸ ਨੂੰ ਪਾਣੀ ਨੂੰ ਪੀਓਗੇ ਤੇ ਤੁਹਾਡੇ ਸਰੀਰ ਤੇ ਬਹੁਤ ਜ਼ਿਆਦਾ ਬੁਰੇ ਪ੍ਰਭਾਵ ਪੈਣਗੇ ਬਟ ਫਿਰ ਵੀ ਇਹਨਾਂ ਲੋਕਾਂ ਨੂੰ ਵੇਖੋ ਇਹ ਪਾਣੀ ਪੀਣਾ ਪੈ ਰਿਹਾ ਕਿਉਂ ਸਰਕਾਰ ਨੇ ਨਹੀਂ ਪ੍ਰੋਵਾਈਡ ਕਰਵਾਇਆ ਪਾਣੀ ਸਰ ਸਰਕਾਰ ਦੀ ਵੇਖ ਲਓ ਕਿੰਨੀ ਜ਼ਿਆਦਾ ਨਲਾਇਕੀ ਹੁੰਦੀ ਹੈ ਕਿ ਬਸ ਆਪ ਦੀ ਆਪ ਆਪਣੇ ਆਪ ਨੂੰ ਬੈਨੀਫਿਟ ਨਾ ਹੋਵੇ ਤੇ ਇਹ ਕੁਝ ਵੀ ਕਰ ਸਕਦੇ ਆ ਭਾਵੇਂ ਇਹ ਕਿ ਇੱਥੇ ਆਮ ਲੋਕਾਂ ਦੀ ਗੱਲ ਆ ਗਈ ਤੇ ਇੱਥੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਅਜੇ ਵੀ ਇੱਥੇ ਲੋਕੀ ਕਰ ਰਹੇ ਆ ਪਾਣੀ ਪੀ ਰਹੇ ਆ ਕਦੇ ਕਦਾਏ ਜਿਹੜੇ ਕੋਰਟ ਦੇ ਫੈਸਲੇ ਹੁੰਦੇ ਆ ਇਹਦੇ ਨਾਲ ਗਰੀਬ ਲੋਕ ਵੀ ਪ੍ਰਭਾਵਿਤ ਹੁੰਦੇ ਆ ਜਿਵੇਂ ਆਪਾਂ ਸ਼ਹਿਰਾਂ ਦੀ ਗੱਲ ਕਰਦੇ ਆ ਸ਼ਹਿਰਾਂ ਨੂੰ ਜੇਕਰ ਆਪਾਂ ਸਾਫ਼ ਸੁਥਰਾ ਰੱਖਣਾ ਆ ਤੇ ਇੱਥੇ ਜਿਹੜੇ ਸੜਕਾਂ ਤੇ ਕੰਮ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਚੁੱਕਣਾ ਪੈਣਾ ਜਿਨ੍ਹਾਂ ਨੇ ਸੜਕਾਂ ਤੇ ਜਾਂ ਫਿਰ ਸੜਕਾਂ ਦੇ ਆਲੇ-ਦੁਆਲੇ ਝੁੱਗੀਆਂ ਝੋਪੜੀਆਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਚੁੱਕਣਾ ਪਊਗਾ ਬਟ ਉਹਦੇ ਨਾਲ ਉਹਨਾਂ ਲੋਕਾਂ ਦਾ ਕਹਿ ਸਕਦੇ ਆ ਕਿ ਜਿਹੜਾ ਜੀਣ ਦਾ ਅਧਿਕਾਰ ਹੈਗਾ ਆ ਉਹਦਾ ਵੀ ਹਨਨ ਹੋ ਰਿਹਾ ਉਹਦੀ ਵੀ ਵਾਇਓਲੇਸ਼ਨ ਹੋ ਰਹੀ ਹੈ ਉਲੰਘਣਾ ਹੋ ਰਹੀ ਹੈ ਸੋ ਸਰਕਾਰ ਨੂੰ ਨਾ ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਆ ਇਹ ਕਿੱਥੇ ਹੋਰ ਗੱਲ ਦੱਸੀ ਗਈ ਆ ਕਿ ਦਿੱਲੀ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਡੀਜ਼ਲ ਗੱਡੀਆਂ ਦੀ ਮੈਂ ਗੱਲ ਕਰ ਰਿਹਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਹਾਨੀਕਾਰਕ ਜਿਹੜੇ ਪੋਲੂਸ਼ਨ ਹੁੰਦਾ ਆ ਉਹ ਰਿਲੀਜ਼ ਹੁੰਦਾ ਆ ਗੈਸਾਂ ਨਿਕਲਦੀਆਂ ਆ ਤੇ ਇੱਕ ਰੂਲਿੰਗ ਦੇ ਵਿੱਚ ਕਿਹਾ ਗਿਆ ਸਗਾ ਕਿ 1998 ਵਿੱਚ ਜਿਹੜੀ ਰੂਲਿੰਗ ਆਈ ਸੀਗੀ ਕਿ ਜਿਹੜਨੇ ਵੀ ਪਬਲਿਕ ਟਰਾਂਸਪੋਰਟ ਹੈਗੇ ਆ ਜਿਹੜੇ ਕਿ ਡੀਜ਼ਲ ਤੇ ਚੱਲਦੇ ਆ ਉਹ ਸਾਰੇ ਹੀ ਨੈਚੁਰਲ ਗੈਸ ਸੀएनजी ਦੀ ਵਰਤੋਂ ਕਰਨਾ ਸਟਾਰਟ ਕਰ ਦੇਣ ਕੰਪਰੈਸਡ ਨੈਚੁਰਲ ਗੈਸ ਦੀ ਵਰਤੋਂ ਕਰਨ ਜਿਹਦੇ ਨਾਲ ਕਹਿੰਦੇ ਪੋਲੂਸ਼ਨ ਤਾਂ ਘਟਿਆ ਬਟ ਫਿਰ ਉਹੀ ਗੱਲ ਕਿ ਗੱਡੀਆਂ ਦੀ ਜਿਹੜੀ ਵਰਤੋਂ ਹੈਗੀ ਆ ਉਹ ਬਹੁਤ ਜ਼ਿਆਦਾ ਵਧਣ ਕਰਕੇ ਜਿਹੜਾ ਪੋਲੂਸ਼ਨ ਦਾ ਜਿਹੜਾ ਲੈਵਲ ਆ ਉਹ ਫਿਰ ਵੱਧ ਗਿਆ ਐਂਡ ਇਸ ਦੇ ਨਾਲ ਨਾਲ ਜਿਹੜੇ ਹਾਨੀਕਾਰਕ ਇਨਗਰੀਡੀਅੰਟਸ ਹੁੰਦੇ ਆ ਪੋਲੂਟੈਂਟਸ ਹੁੰਦੇ ਆ ਟੌਕਸਿਕ ਸਬਸਟੈਂਸ ਹੁੰਦੇ ਆ ਜੀ ਉਹ ਤੁਹਾਨੂੰ 에ਅਰ ਵਿੱਚ ਵੇਖਣ ਨੂੰ ਮਿਲੇ ਸੀਗੇ ਐਂਡ ਇੱਕ ਹੋਰ ਇੱਥੇ ਇੰਪੋਰਟੈਂਟ ਗੱਲ ਵੇਖ ਸਕਦੇ ਆ ਤੁਸੀਂ ਜਿਹੜੀਆਂ ਸ਼ਿਪਸ ਹੁੰਦੀਆਂ ਨੇ ਕਈ ਵਾਰ ਕੀ ਹੁੰਦਾ ਕਿ ਜਦੋਂ ਸ਼ਿਪਸ ਦੀ ਮਿਆਦ ਖਤਮ ਹੋ ਜਾਂਦੀ ਆ ਸ਼ਿਪਸ ਨੂੰ ਆਪਾਂ ਤਬਾਹ ਕਰਨਾ ਹੁੰਦਾ ਆ ਤੇ ਵੱਡੀ ਵੱਡੀਆਂ ਜਿਹੜੀਆਂ ਕੰਟਰੀਜ਼ ਹੁੰਦੀਆਂ ਨੇ ਉਹ ਭਾਰਤ ਵਰਗੇ ਦੇਸ਼ਾਂ ਵਿੱਚ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ ਆਪਦੀਆਂ ਸ਼ਿਪਸ ਭੇਜ ਦਿੰਦੇ ਆ ਕਿ ਇਹਨਾਂ ਨੂੰ ਕੀ ਕਰ ਦਿੱਤਾ ਜਾਵੇ ਇਹਨਾਂ ਨੂੰ ਡਿਸਮੈਂਟਲ ਕਰ ਦਿੱਤਾ ਜਾਵੇ ਸ਼ਿਪ ਬ੍ਰੇਕਿੰਗ ਬਿਜ਼ਨਸ ਆਪਾਂ ਕਹਿ ਸਕਦੇ ਆ ਜਦੋਂ ਇਹਨਾਂ ਨੂੰ ਤੋੜਿਆ ਜਾਂਦਾ ਛੋਟੇ ਛੋਟੇ ਪੀਸੇਸ ਦੇ ਵਿੱਚ ਤਾਂ ਇਹਦੇ ਵਿੱਚ ਬਹੁਤ ਸਾਰੇ ਹਾਨੀਕਾਰਕ ਕੈਮੀਕਲ ਨਿਕਲਦੇ ਆ ਐਂਡ ਫਿਰ ਇਹ ਕਿੱਥੇ ਪੋਲੂਸ਼ਨ ਕਰਦੇ ਆ ਫਿਰ ਉਸ ਦੇਸ਼ ਵਿੱਚ ਹੀ ਕਰਨਗੇ ਜਿੱਥੋਂ ਇਹ ਕੀਤਾ ਜਾਂਦਾ ਆ ਐਟ ਲਾਸਟ ਜੇਕਰ ਆਪਾਂ ਗੱਲ ਕਰਦੇ ਆ ਕਨਕਲੂਜਨ ਦੀ ਕਨਕਲੂਜਨ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਮੇਨ ਰੋਲ ਹੁੰਦਾ ਕਿਸੇ ਵੀ ਲਾ ਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰਨ ਦਾ ਬਟ ਕਈ ਵਾਰ ਵੇਖਿਆ ਜਾਂਦਾ ਕਿ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਨੇ ਉਹ ਜ਼ਿਆਦਾ ਪੈਸੇ ਲੈ ਕੇ ਜਾਂ ਫਿਰ ਉਹਨਾਂ ਦੇ ਜਿਹੜੇ ਅੰਡਰ ਅਫੀਸ਼ੀਅਲਸ ਬੈਠੇ ਹੁੰਦੇ ਆ ਉਹਨਾਂ ਨੂੰ ਪੈਸੇ ਖਵਾ ਦਿੱਤੇ ਜਾਂਦੇ ਆ ਜਿਹਦੇ ਕਰਕੇ ਕਹਿ ਸਕਦੇ ਆ ਕਿ ਉਹ ਹਾਨੀਕਾਰਕ ਜਿਹੜੀਆਂ ਫੈਕਟਰੀਜ਼ ਹੁੰਦੀਆਂ ਨੇ ਉਹਨਾਂ ਨੂੰ ਅਲਾਉ ਕਰ ਦਿੰਦੇ ਆ ਕਿ ਠੀਕ ਆ ਜੇ ਤੁਸੀਂ ਇੱਥੇ ਫੈਕਟਰੀ ਖੋਲ ਸਕਦੇ ਹੋ ਇਸ ਤੋਂ ਪਹਿਲਾਂ ਆਪਾਂ ਕੱਲ ਜਦੋਂ ਲੈਸਨ ਪੜਿਆ ਸੀਗਾ ਉਜੇ ਦੇ ਵਿੱਚ ਆਪਾਂ ਕਬੀਲੇ ਵਾਲੇ ਸਮਾਜ ਦੀ ਗੱਲ ਕੀਤੀ ਸੀਗੀ ਟ੍ਰਾਈਬਲ ਲੋਕਾਂ ਦੀ ਗੱਲ ਕੀਤੀ ਸੀਗੀ ਉੱਥੇ ਵੀ ਤਾਂ ਆਪਾਂ ਸੇਮ ਗੱਲ ਪੜ੍ਹੀ ਸੀਗੀ ਕਿ ਜਿਹੜੇ ਕੰਟਰੈਕਟਰਸ ਹੁੰਦੇ ਆ ਉਹਨਾਂ ਨੂੰ ਉਹ ਕੀ ਕਰਦੇ ਆ ਸਰਕਾਰੀ ਅਧਿਕਾਰੀ ਜਿਹੜੇ ਹੁੰਦੇ ਆ ਉਹਨਾਂ ਨੂੰ ਪੈਸੇ ਖਵਾ ਦਿੰਦੇ ਆ ਤੇ ਉਹਨਾਂ ਨੂੰ ਰਿਸ਼ਵਤ ਵਗੈਰਾ ਖਵਾ ਕੇ ਪਰਮਿਸ਼ਨ ਲੈ ਲੈਂਦੇ ਆ ਕਿ ਅਸੀਂ ਜੰਗਲਾਂ ਦੇ ਵਿੱਚੋਂ ਲੱਕੜਾਂ ਵੜਨੀਆਂ ਨੇ ਤੇ ਲੱਕੜਾਂ ਵੱਢਣ ਦੇ ਬਹਾਨੇ ਜਿਹੜੇ ਉੱਥੇ ਰਹਿਣ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਭਜਾ ਦਿੰਦੇ ਆ ਜ ਜਿਹਦੇ ਨਾਲ ਕਹਿ ਸਕਦੇ ਆ ਉਹਨਾਂ ਦੇ ਜਿਹੜੇ ਰਾਈਟਸ ਹੈਗੇ ਆ ਮੌਲਿਕ ਅਧਿਕਾਰ ਹੈਗੇ ਆ ਉਹਨਾਂ ਦੀ ਵੀ ਉਲੰਘਣਾ ਹੁੰਦੀ ਆ ਸੋ ਗਵਰਨਮੈਂਟ ਦਾ ਬਹੁਤ ਹੀ ਵੱਡਾ ਤੇ ਮੇਨ ਰੋਲ ਹੁੰਦਾ ਆ ਇਨ ਜਿੰਨੇ ਵੀ ਕਾਨੂੰਨ ਹੁੰਦੇ ਨੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਾਉਣ ਦਾ ਜਿਹੜਾ ਕੰਮ ਹੁੰਦਾ ਉਹ ਵੀ ਸਰਕਾਰ ਦਾ ਹੁੰਦਾ ਬੈਲੈਂਸ ਬਣਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਗੱਲ ਇਹ ਵੀ ਨਹੀਂ ਕਿ ਜਿੰਨੀਆਂ ਵੀ ਫੈਕਟਰੀਜ਼ ਖੁੱਲ੍ਹਦੀਆਂ ਨੇ ਬੈਨੀਫਿਟ ਤਾਂ ਸਾਰਿਆਂ ਵਿੱਚ ਹੀ ਹੁੰਦਾ ਬਟ ਸਾਰਿਆਂ ਦੇ ਨਾਲ-ਨਾਲ ਕੁਝ-ਕੁਝ ਲਾਸ ਵੀ ਵੇਖਣ ਨੂੰ ਮਿਲਦਾ ਆ ਸੋ ਜਿਹੜਾ ਲਾਸ ਹੋਊਗਾ ਜਿਹੜਾ ਬੈਨੀਫਿਟ ਨਹੀਂ ਹੋਣਾ ਜਿਵੇਂ ਕਿ ਕੋਈ ਫੈਕਟਰੀ ਖੁੱਲ ਰਹੀ ਹੈ ਤੇ ਉਹਦੇ ਨਾਲ ਜਿਹੜਾ ਪੋਲੂਸ਼ਨ ਹੋਏਗਾ ਜੀ ਉਹ ਵੀ ਤਾਂ ਵਧੇਗਾ ਸੋ ਸਰਕਾਰ ਉਹਨਾਂ ਕੰਪਨੀਆਂਜ਼ ਨੂੰ ਕਹਿ ਸਕਦੀ ਆ ਕਿ ਤੁਸੀਂ ਆਪਦੇ ਜਿਹੜੇ ਇਕੁਪਮੈਂਟਸ ਹੈਗੇ ਆ ਜੀ ਥੋੜੇ ਜਿਹਾ ਵਧੀਆ ਕਰਕੇ ਰੱਖੋ ਪੋਲੂਸ਼ਨ ਜਿਹੜਾ ਹੋਊਗਾ ਉਹਨੂੰ ਤੁਸੀਂ ਕੀ ਕਰ ਸਕਦੇ ਹੋ ਕਿ ਘੱਟ ਤੋਂ ਘੱਟ ਪੋਲੂਸ਼ਨ ਹੋਵੇ ਇਸ ਤਰ੍ਹਾਂ ਦੇ ਤਰੀਕੇ ਵੀ ਅਪਣਾਈ ਜਾ ਸਕਦੇ ਆ ਸੋ ਇਸ ਤਰ੍ਹਾਂ ਸਰਕਾਰਾਂ ਕੀ ਕਰ ਸਕਦੀਆਂ ਨੇ ਸਰਕਾਰਾਂ ਕਾਫੀ ਕੁਝ ਕਰ ਸਕਦੀਆਂ ਨੇ ਕਿਉਂਕਿ ਲੋ ਦਾ ਬਣ ਜਾਂਦੇ ਆ ਇੰਪਲੀਮੈਂਟ ਕਰਨ ਦਾ ਕੰਮ ਜਿਹੜਾ ਹੈਗਾ ਆ ਇਹ ਵੀ ਇਹਨਾਂ ਦੁਆਰਾ ਹੀ ਕਰਵਾਇਆ ਜਾਣਾ ਚਾਹੀਦਾ ਆ ਉਹ ਵੀ ਵਧੀਆ ਤਰੀਕੇ ਨਾਲ ਜੇਕਰ ਪਹਿਲਾਂ ਤੋਂ ਹੀ ਇਹ ਜਿਹੜੇ ਕਾਨੂੰਨ ਸੀਗੇ ਵਧੀਆ ਤਰੀਕੇ ਨਾਲ ਲਾਗੂ ਕੀਤੇ ਗਏ ਹੁੰਦੇ ਤੇ ਭਪਾਲ ਗੈਸ ਟ੍ਰੈਜੇਡੀ ਦੇ ਵਿੱਚ ਗੈਸ ਲੀਕ ਦੇ ਵਿੱਚ ਇੰਨੇ ਲੋਕਾਂ ਨੇ ਨਹੀਂ ਮਰਨਾ ਸੀਗਾ ਅੱਜ ਵੀ ਜਿਹੜੇ ਲੋਕ ਉੱਥੇ ਡਿਸੇਬਲ ਕਹਿ ਸਕਦੇ ਆ ਜਾਂ ਫਿਰ ਜਿਹੜੇ ਪ੍ਰਭਾਵਿਤ ਲੋਕ ਹੈਗੇ ਆ ਉਹਨਾਂ ਨੂੰ ਕਹ ਸਕਦੇ ਆ ਕਿ ਇੰਨਾ ਜ਼ਿਆਦਾ ਸਾਨੂੰ ਪ੍ਰਭਾਵ ਨਹੀਂ ਵੇਖਣ ਨੂੰ ਦੇਖਣ ਨੂੰ ਨਹੀਂ ਮਿਲਣਾ ਸੀਗਾ ਜੇਕਰ ਸਰਕਾਰਾਂ ਨੇ ਪਹਿਲਾਂ ਧਿਆਨ ਦਿੱਤਾ ਹੁੰਦਾ ਸੋ ਇਹ ਆਪਣਾ ਚੈਪਟਰ ਸੀਗਾ ਆ ਸ਼ਾਰਟ ਕਰਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਗੱਲਾਂ ਇੰਪੋਰਟੈਂਟ ਸੀਗੀਆਂ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਬਾਕੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਐਂਡ ਅਸਤਰਾ ਦੀਆਂ ਵੀਡੀਓਜ਼ ਨੂੰ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ